ਰੇਡੀਓ ਕੌਮੀ ਆਵਾਜ਼ ਦੇ ਪ੍ਰੋਗਰਾਮ ਸ਼ਾਮ ਦੀ ਸਭਾ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਮੈਂ ਹਰਕਮਲ ਸਿੰਘ ਫਤਿਹ ਦੇ ਨਾਲ ਨਿੱਘਾ ਸਵਾਗਤ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਰੀਖ ਹੋ ਗਈ ਅੱਜ 12 ਭਾਦੋਂ, ਨਾਨਕ ਸਾਹਿਬ ਸੰਮਤ 550 ਤੇ 27 ਅਗਸਤ 2018 ਦਿਨ ਸੋਮਵਾਰ ਦੀ ਸ਼ਾਮ ਹੋ ਚੁੱਕੀ ਹੈ ਤੇ ਸ਼ਾਮ ਦੀ ਸਭਾ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਅਤੇ ਭਾਰਤੀ ਖਿੱਤੇ ਦੀਆਂ ਖਬਰਾਂ ਦੀ ਵਿਸਥਾਰ ਨਾਲ ਜਾਣਕਾਰੀ ਆਪਾਂ ਨੂੰ ਦੇਣਗੇ ਪਰਮਵੀਰ ਸਿੰਘ ਬਾਠ। ਸੋ ਸਾਡਾ ਰਾਬਤਾ ਇਸ ਵਕਤ ਉਹਨਾਂ ਨਾਲ ਪੰਜਾਬ ਦੇ ਵਿੱਚ ਕਾਇਮ ਹੋ ਚੁੱਕਿਆ ਹੈ। ਆਓ ਉਹਨਾਂ ਕੋਲੋਂ ਜਾਣਦੇ ਹਾਂ ਪੰਜਾਬ ਭਾਰਤ ਦੀ ਖਬਰ। ਸਰ ਬਾਠ ਸਾਹਿਬ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ, ਮਿਹਰਬਾਨੀ ਹੈ ਕਮਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਾਠ ਸਾਹਿਬ ਗੱਲ ਕਰ ਲਈ ਆਪਾਂ ਮਨਜੀਤ ਸਿੰਘ GK ਹੋਰਾਂ ਨਾਲ ਜੋ USA ਦੀ ਧਰਤੀ ਦੇ ਉੱਤੇ ਵਾਪਰਿਆ, ਉਹ ਮਾਮਲਾ ਇਸ ਵਕਤ ਕਾਫੀ ਭਖਿਆ ਹੋਇਆ, ਕੀ ਕਹੋਗੇ ਤੁਸੀਂ ਉਹਦੇ ਬਾਰੇ? ਹਰਕਮਲ ਸਿੰਘ ਜੀ, ਪਿਛਲੇ ਇੱਕ ਹਫਤੇ ਦੇ ਵਿੱਚ ਇਹ ਦੂਸਰੀ ਘਟਨਾ ਜੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ GK ਅਮਰੀਕਾ ਗਏ ਹੋਏ ਨੇ ਤੇ ਪਹਿਲਾਂ ਵੀ ਹਫ਼ਤਾ ਕੁ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਅਮਰੀਕਾ ਦੀ ਇੱਕ ਸੁੰਨਸਾਨ ਸੜਕ ਦੇ ਉੱਤੇ ਗਲੀ ਦੇ ਵਿੱਚ ਮਨਜੀਤ ਸਿੰਘ GK ਤੇ ਉਹਨਾਂ ਦੇ ਦੋ ਸਾਥੀ ਕਾਰ ਚ ਸਵਾਰ ਸੀ। ਕਾਰ ਰੋਕੀ ਜਾਂਦੀ ਹੈ, ਕੁਝ ਇੱਕ ਲੋਕ ਉਹਨਾਂ ਦੀ ਕਾਰ ਦੇ ਉੱਤੇ ਚੱਪਲਾਂ ਮਾਰਦੇ ਨੇ ਜੀ। GK ਹੋਰੀ ਕਾਰ ਦੇ ਵਿੱਚੋਂ ਨਿਕਲ ਕੇ ਬਾਹਰ ਆਉਂਦੇ ਨੇ, ਫਿਰ ਉਹਨਾਂ ਦੀ ਆਪਸ ਵਿੱਚ ਬਹਿਸ ਹੁੰਦੀ ਹੈ। ਉਸ ਵੀਡੀਓ ਤੋਂ ਬਾਅਦ ਮਨਜੀਤ ਸਿੰਘ GK ਨੇ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਇਹ ਢਾਈ ਟੋਟਰੂ ਨੇ, ਥੋੜੇ ਜਿਹਾ ਲੋਕ ਨੇ ਜਿਹੜਾ ਮੇਰਾ ਵਿਰੋਧ ਕਰਦੇ ਆ, ਮੈਂ ਇਹਨਾਂ ਤੋਂ ਡਰਦਾ ਨਹੀਂ, ਅਸੀਂ ਡਟ ਕੇ ਮੁਕਾਬਲਾ ਕਰਾਂਗੇ। ਜੀ ਚਲੋ, ਹੁਣ ਮਨਜੀਤ ਸਿੰਘ GK ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੀਡਰ ਨੇ, ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ। ਤੇ ਜਦੋਂ ਅਕਾਲੀ ਦਲ ਬਾਦਲ ਦੇ ਲੀਡਰ ਨੇ ਤਾਂ ਫਿਰ ਮਸਲਾ ਪਿਛਲੀ 10 ਵਰ੍ਹਿਆਂ ਦੀ ਪੰਜਾਬ ਦੀ ਸਰਕਾਰ ਦੇ ਉੱਤੇ ਜਾਂਦਾ। ਜਦੋਂ ਪਿਛਲੇ 10 ਵਰ੍ਹਿਆਂ ਦੀ ਪੰਜਾਬ ਦੀ ਸਰਕਾਰ ਦੇ ਉੱਤੇ ਜਾਂਦਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਸਰਕਾਰ ਦੇ ਵੇਲੇ ਹੋਈ ਬੇਅਦਬੀ ਤੱਕ ਜਾਂਦਾ। ਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਆਉਂਦੀ ਹੈ ਤਾਂ ਫਿਰ ਇਨਸਾਫ਼ ਦੀ ਗੱਲ ਆਉਂਦੀ ਹੈ ਕਿ ਤਾਂ ਇਨਸਾਫ਼ ਹਜੇ ਤੱਕ ਮਿਲਿਆ ਕਿਉਂ ਨਹੀਂ। ਬਸ ਇਸੇ ਮੁੱਦੇ ਤੇ ਆਪਾਂ ਬਹੁਤਾ ਕਰਕੇ ਦੇਖੀਏ ਕਿ ਮਨਜੀਤ ਸਿੰਘ GK ਦੇ ਖਿਲਾਫ਼ ਵੀ ਗੁੱਸਾ ਸੀ ਤੇ ਹੁਣ ਹਫ਼ਤੇ ਦੇ ਅੰਦਰ ਅੰਦਰ ਦੂਸਰੀ ਵਾਰ ਮਨਜੀਤ ਸਿੰਘ GK ਦੇ ਉੱਤੇ ਅਮਰੀਕਾ 'ਚ ਹਮਲਾ ਹੋਇਆ। ਹੁਣ ਯੂਬਾ ਸਿਟੀ ਦਾ ਇੱਕ ਗੁਰੂ ਘਰ ਮਨਜੀਤ ਸਿੰਘ GK ਆਪਣੇ 10-12 ਹਮਾਇਤੀਆਂ ਦੇ ਨਾਲ ਇੱਕ ਬਹੁਤ ਵੱਡੀ ਵੈਨ ਦੇ ਵਿੱਚ, ਕਾਲੇ ਰੰਗ ਦੀ ਵੈਨ ਆ, ਕਾਲੀ ਸ਼ੀਸ਼ੀ ਨੇ ਤੇ ਸਵਾਰ ਹੋ ਕੇ ਆਉਂਦੇ ਆ। ਹੋਰ ਉਹ 25-30 ਬੰਦੇ ਪਹਿਲੇ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਆ ਮਨਜੀਤ ਸਿੰਘ GK ਨੂੰ, ਜਿਹੜਾ ਉਹ ਗੱਦਾਰ ਕਹਿੰਦੇ ਆ, ਤੇ ਨਾਲ ਦੀ ਨਾਲ ਕਈ ਉਹ ਉਦਾਹਰਨਾਂ ਵੀ ਦਿੰਦੇ ਆ ਇਤਿਹਾਸ ਦੇ ਵਿੱਚ ਜਿਹੜੇ ਪਾਤਰ ਸਿੱਖ ਕੌਮ ਦੇ ਵਿੱਚ ਗੱਦਾਰ ਮੰਨੇ ਜਾਂਦੇ ਆ, ਉਹਦੇ ਨਾਲ ਤੁਲਨਾ ਕਰਦੇ ਆ ਕਿ ਮਨਜੀਤ ਸਿੰਘ GK ਤੂੰ ਉਹ ਹੈ, ਉਹਦੇ ਤੋਂ ਘੱਟ ਨਹੀਂ। ਚਲੋ, ਉਹਦੇ ਤੋਂ ਬਾਅਦ ਪਹਿਲਾਂ ਤਾਂ ਬਹਿਸ ਹੁੰਦੀ ਹੈ ਮਨਜੀਤ ਸਿੰਘ GK ਦੇ ਕੁਝ ਸਮਰਥਕਾਂ ਤੇ ਦੂਜੇ ਪਾਸੇ ਵਿਰੋਧੀਆਂ ਦੇ ਵਿੱਚ ਵਾਲੇ। ਮਨਜੀਤ ਸਿੰਘ GK ਉਦੋਂ ਤੱਕ ਕਾਰ ਦੇ ਵਿੱਚੋਂ ਉਤਰੇ ਨਹੀਂ ਸੀ, ਨਾਲ ਉਹਨਾਂ ਦੇ ਸੁਖਬੀਰ ਸਿੰਘ ਬਾਦਲ ਸਾਹਿਬ ਦੇ USP ਚਰਨਜੀਤ ਸਿੰਘ ਬਰਾੜ ਵੀ ਸਨ। ਪਰ ਜਿੱਦਾਂ ਹੀ ਮਨਜੀਤ ਸਿੰਘ GK ਕਾਰ ਦੇ ਵਿੱਚੋਂ ਉਤਰਦੇ ਆ, ਬਸ ਉਸੇ ਵੇਲੇ ਰੱਫੜ ਪੈ ਜਾਂਦਾ, ਧੱਕਾ ਮੁੱਕੀ, ਤੇ ਫਿਰ ਮਨਜੀਤ ਸਿੰਘ GK ਨੂੰ ਧੱਕੇ ਵੀ ਮਾਰੇ ਜਾਂਦੇ ਆ। ਮਨਜੀਤ ਸਿੰਘ GK ਦੀ ਪੱਗ ਵੀ ਲਿਥਦੀ ਹੈ, ਉਹਨਾਂ ਦੇ ਠੋਡੇ ਵੀ ਮਾਰੀ ਜਾਂਦੇ ਆ, ਘਸੁੰਨ ਤੇ ਮੁੱਕੇ ਵੀ ਮਾਰੇ ਜਾਂਦੇ ਆ। ਕਹਿਣ ਦਾ ਭਾਵ ਹੈ ਕਿ ਬਹੁਤ ਵੱਡੀ ਪੱਧਰ ਦੇ ਉੱਤੇ ਮਨਜੀਤ ਸਿੰਘ GK ਦੀ ਕੱਲ ਯੂਬਾ ਸਿਟੀ ਦੇ ਗੁਰੂ ਘਰ ਦੇ ਬਾਹਰ ਜਿਹੜੀ ਹੈ ਉਹ ਵਿਰੋਧੀ ਧਿਰ ਵੱਲੋਂ ਕੁੱਟਮਾਰ ਕੀਤੀ ਗਈ। ਉਹਨਾਂ ਦੇ ਵਾਲ ਖਿਲਰੇ ਹੋਏ ਸੀ, ਉਹ ਹੇਠਾਂ ਬੈਠੇ ਸੀ, ਪਰ 3-4 ਬੰਦੇ ਉਹਨਾਂ ਨੂੰ ਲਗਾਤਾਰ ਕੁੱਟ ਰਹੇ ਸੀ। ਜੀ, ਇਸੇ ਦੌਰਾਨ 2-3 ਹੋਰ ਬੰਦਿਆਂ ਦੀਆਂ ਪੱਗਾਂ ਵੀ ਲਿਖੀਆਂ, ਇਹ 2-3 ਹੋਰ ਬੰਦਿਆਂ ਦੇ ਕੁੱਟ ਵੀ ਪਈ, ਤੇ ਹੁਣ ਜਦੋਂ ਬਾਕੀ ਬੰਦਿਆਂ ਦੀ ਵੀ ਕੁੱਟ ਪਈ, ਉਹਦੇ ਤੋਂ ਬਾਅਦ ਫਿਰ ਮਨਜੀਤ ਸਿੰਘ GK ਨੂੰ ਉਹਨਾਂ ਦੇ 2-3 ਹਮਾਇਤੀ ਬਾਹਾਂ ਤੋਂ ਫੜ ਕੇ ਚੱਕ ਕੇ ਫਿਰ ਕਾਰ ਦੇ ਵਿੱਚ ਬਿਠਾ ਲੈਂਦੇ ਆ। ਆਪਣੇ ਆਪ ਦੇ ਵਿੱਚ ਇਹ ਘਟਨਾ ਬਹੁਤ ਮਾੜੀ ਹੈ, ਕਿਉਂਕਿ ਬਾਰ ਬਾਰ ਸਿੱਖਾਂ ਦੀ ਪੱਗ ਲਿਖ ਰਹੀ ਹੈ, ਤੇ ਸਭ ਤੋਂ ਗੰਭੀਰ ਗੱਲ ਇਹ ਹੈ ਕਿ ਸਿੱਖ ਲਾ ਰਹੇ ਨੇ ਸਿੱਖ ਦੀ ਪੱਗ। ਜੀ, ਹੁਣ ਪਹਿਲਾ ਦਿਨ ਜਦੋਂ ਮਨਜੀਤ ਸਿੰਘ GK ਹੋਰਾਂ ਦੇ ਉੱਤੇ ਇੱਕ ਗਲੀ ਦੇ ਵਿੱਚ ਹਮਲਾ ਹੋਇਆ, ਉਸ ਦਿਨ ਵੀ ਇੱਕ ਪੱਗ ਲਿਖੀ ਹੈ, ਪਰ ਉਹ ਮਨਜੀਤ ਸਿੰਘ GK ਦੀ ਨਹੀਂ ਸੀ, ਪੱਗ ਤਾਂ ਪੱਗ ਸੀ ਇਹਦੇ ਤੋਂ ਇਲਾਵਾ। ਹੁਣ ਰੌਲਾ ਕੀ ਹੈ? ਦੇਖੋ, ਅਕਾਲੀ ਦਲ ਨੇ ਉਹਦੇ ਤੋਂ ਬਾਅਦ ਕਈ ਵੀਡੀਓ ਪੋਸਟ ਕੀਤੀਆਂ ਸੋਸ਼ਲ ਮੀਡੀਆ ਤੇ, ਆ ਵੇਖੋ ਜੀ ਮਨਜੀਤ ਸਿੰਘ GK ਤੇ ਉਹਦੇ 10-12 ਸਾਥੀ ਗੁਰੂ ਘਰ ਦੇ ਵਿੱਚ ਜਾਂਦੇ ਆ, ਉੱਥੇ ਜਾ ਕੇ ਉਹ ਚੌਰ ਸਾਹਿਬ ਦੀ ਵੀ ਸੇਵਾ ਕਰਦੇ ਆ, ਉੱਥੇ ਫਿਰ ਉਹਨਾਂ ਦੇ ਨਾਲ ਗਏ ਉਹੀ 10-12 ਸਾਥੀ ਉਹਨਾਂ ਨੂੰ ਸਿਰੋਪਾਓ ਵੀ ਭੇਂਟ ਕਰਦੇ ਆ। ਹਾਲਾਂਕਿ ਗੁਰੂ ਘਰ 'ਚ ਸੰਗਤ ਨਹੀਂ ਸੀ ਉਸ ਵੇਲੇ, ਇੱਕ ਬੰਦਾ ਵੀ ਨਹੀਂ ਸੀ ਹਾਲ ਦੇ ਵਿੱਚ ਬੈਠਾ, ਇੱਕ ਬੀਬੀ ਵੀ ਨਹੀਂ ਸੀ ਹਾਲ ਦੇ ਵਿੱਚ ਬੈਠੀ, ਪਰ ਉਹ ਵੀਡੀਓ ਮੈਨੂੰ ਲੱਗਦਾ ਕਿ ਉਹਨਾਂ ਸਾਰੀਆਂ ਗੱਲਾਂ ਨੂੰ ਕਾਊਂਟਰ ਕਰਨ ਦੇ ਲਈ ਬਣਾਈ ਗਈ ਹੈ ਕਿ ਨਹੀਂ ਭਾਈ ਸਾਨੂੰ ਟੁੱਟ ਕੇ ਉੱਥੋਂ ਭਜਾਇਆ ਨਹੀਂ ਗਿਆ, ਅਸੀਂ ਤਾਂ ਗੁਰੂ ਘਰ ਦੇ ਵਿੱਚ ਸੀ, ਉਹਨਾਂ ਲੋਕਾਂ ਨੂੰ ਭਜਾਤਾ ਗਿਆ ਜਿਨ੍ਹਾਂ ਨੇ ਸਾਡੇ ਉੱਤੇ ਹਮਲਾ ਕੀਤਾ। ਦੇਖੋ, ਹਮਲਾ ਕਰਨਾ ਤਾਂ ਮਾੜੀ ਗੱਲ ਹੈ, ਗੱਲ ਜਿਹੜੀ ਦਲੀਲ ਪੂਰਵਕ ਹੋਵੇ ਉਹੀ ਚੰਗੀ, ਪਰ ਬਿਲਕੁਲ ਇੱਥੇ ਸਭ ਤੋਂ ਵੱਡਾ ਸਵਾਲ ਉਹੀ ਦਾ ਉਹੀ ਖੜਾ ਹੈ
ਕਿ ਆਖਿਰਕਾਰ ਐਸੀਆਂ ਕਿਹੜੀਆਂ ਗਲਤੀਆਂ, ਐਸੀਆਂ ਕਿਹੜੀਆਂ ਸਰਗਰਮੀਆਂ, ਐਸੀਆਂ ਕਿਹੜੀਆਂ ਕਾਰਵਾਈਆਂ ਹੋ ਗਈਆਂ ਜਿਹਦੇ ਕਰਕੇ ਪੰਜਾਬ ਦੀ ਸਭ ਤੋਂ ਪੁਰਾਣੀ ਪੰਥਕ ਪਾਰਟੀ ਦੇ ਲੀਡਰਾਂ ਨੂੰ ਅੱਜ ਵਿਦੇਸ਼ਾਂ ਦੇ ਗੁਰੂ ਘਰਾਂ ਦੇ ਵਿੱਚ ਜਾਣ ਤੋਂ ਵਰਜਿਆ ਜਾ ਰਿਹਾ, ਰੋਕਿਆ ਜਾ ਰਿਹਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਬਹੁਤ ਵੱਡਾ ਯੋਗਦਾਨ ਸੀ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਵਿੱਚ, ਸੁਧਾਰ ਲਹਿਰ ਦੇ ਵਿੱਚ, ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਦੇ ਵਿੱਚ। ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਤਾਂ ਪੰਥਕ ਪਾਰਟੀ ਮੰਨੀ ਜਾਂਦੀ ਸੀ, ਧਰਮ ਦੇ ਮੁੱਦੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਕਈ ਮੋਰਚੇ ਲਾਏ, ਤੇ ਅੱਜ ਧਾਰਮਿਕ ਸਥਾਨਾਂ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੂੰ ਜਾਣ ਤੋਂ ਰੋਕਿਆ ਜਾ ਰਿਹਾ। ਪੀੜੀ ਵਿੱਚ ਸੋਟਰਾ ਫੇਰਨਾ ਪਏਗਾ। ਦੇਖੋ ਵੀਡੀਓ ਜਿਹੜੀਆਂ ਵਾਇਰਲ ਹੋਈਆਂ, ਉਹਨਾਂ ਵੀਡੀਓਜ਼ ਵਿੱਚ ਕੱਢੀਆਂ ਜਾ ਰਹੀਆਂ ਗਾਲਾਂ, ਉਹਨਾਂ ਵੀਡੀਓਜ਼ ਵਿੱਚ ਵਰਤੀ ਜਾ ਰਹੀ ਮੰਦੀ ਸ਼ਬਦਾਵਲੀ ਬਿਲਕੁਲ ਠੀਕ ਨਹੀਂ। ਇਸ ਤਰੀਕੇ ਕੁੱਟਮਾਰ ਵੀ ਠੀਕ ਨਹੀਂ, ਇਸ ਤਰੀਕੇ ਪੱਗਾਂ ਲਾਉਣੀਆਂ ਵੀ ਜਾਇਜ਼ ਨਹੀਂ। ਪਰ ਫਿਰ ਵੀ ਕਿਤੇ ਨਾ ਕਿਤੇ ਬਾਰ ਬਾਰ ਇੱਕੋ ਪਾਰਟੀ ਦੇ ਲੀਡਰਾਂ ਦੇ ਉੱਤੇ ਹਮਲਾ ਕਿਉਂ ਹੋ ਰਿਹਾ? ਇਹ ਵੀ ਚਰਚਾ ਕਿਤੇ ਨਾ ਕਿਤੇ ਚੱਲਣੀ ਚਾਹੀਦੀ ਹੈ। ਪੀਡੀਐਫ ਛੋਟਾ ਫਿਰਨਾ ਇੱਕ ਬਹੁਤ ਮਹੱਤਵਪੂਰਨ ਪ੍ਰਕਿਰਿਆ ਹੁੰਦੀ ਹੈ, ਪਰ ਮਹੱਤਵਪੂਰਨ ਤਾਂ ਹੁੰਦੀ ਹੈ ਜੇ ਅਸੀਂ ਆਪਣੀ ਪੀੜ੍ਹੀ ਹੇਠ ਛੋਟਾ ਫੇਰਨ ਦੇ ਲਈ ਉਤਸੁਕ ਹੋਈਏ, ਤੇ ਜੇ ਸਾਡੇ ਮਨ ਦੇ ਵਿੱਚ ਹੀ ਨਾ ਹੋਵੇ ਕਿ ਭਾਈ ਅਸਾਂ ਪਤਾ ਨੀ ਕੋਈ ਗਲਤੀ ਕੀਤੀ ਨੀ, ਦੂਜਿਆਂ ਨੇ ਕੀਤੀ ਹੋਏਗੀ। ਤੇ ਹੁਣ ਮਨਜੀਤ ਸਿੰਘ ਜੀਕੇ ਸਾਹਿਬ ਜਿਹੜੇ ਨੇ, ਉਹਨਾਂ ਦਾ ਇੱਕ ਸਾਥੀ ਇਸ ਹਮਲੇ ਦੇ ਵਿੱਚ ਜ਼ਖਮੀ ਵੀ ਹੋਇਆ, ਤੇ ਦੂਸਰੇ ਪਾਸੇ ਮਨਜੀਤ ਸਿੰਘ ਜੀਕੇ ਹੋਰਾਂ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਤਿੰਨ ਬੰਦੇ ਜਿਹੜੇ ਨੇ ਜਿਹਨਾਂ ਨੇ ਹਮਲਾ ਕੀਤਾ ਸੀ ਉਹਨਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਉਹ ਗ੍ਰਿਫ਼ਤਾਰ ਵੀ ਕੀਤਾ ਗਿਆ। ਕੈਲੀਫੋਰਨੀਆ ਤੋਂ ਜੀਕੇ ਸਾਹਿਬ ਨੇ ਵੀ ਦੱਸਿਆ ਕਿ ਮੈਂ ਜ਼ਖਮੀ ਹਾਂ, ਮੈਨੂੰ ਧੱਕਾ ਦਿੱਤਾ ਗਿਆ, ਮੈਨੂੰ ਖੁੱਡੇ ਮਾਰੇ ਗਏ, ਇਹ ਇੱਕ ਜਾਨਲੇਵਾ ਹਮਲਾ ਸੀ। ਤੇ ਨਾਲ ਦੀ ਨਾਲ ਮਨਜੀਤ ਸਿੰਘ ਜੀਕਰ ਨੇ ਵੀ ਕਹਿਤਾ ਮੈਂ ਹਮਲਿਆਂ ਤੋਂ ਡਰਨ ਜਾਂ ਰੁਕਣ ਵਾਲਾ ਨਹੀਂ। ਉਹ ਕਹਿੰਦੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਆਪਣੀ ਲੜਾਈ ਜਾਰੀ ਰੱਖਣ, ਪਰ ਹਿੰਸਾ ਦਾ ਤਰੀਕਾ ਨਹੀਂ, ਖਾਲਿਸਤਾਨ ਲਈ ਲੜਾਈ ਦਾ ਹਿੱਸਾ ਮੈਂ ਕਦੀ ਵੀ ਨਹੀਂ ਬਣੂੰਗਾ। ਚਲੋ ਹੁਣ ਵੇਖਦੇ ਆ ਕਿ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਪਰ ਇਧਰਲੇ ਪਾਸੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਹਿ ਦਿੱਤਾ ਕਿ ਇਹ ਚੰਦ ISI ਦੀ ਹਮਾਇਤ ਪ੍ਰਾਪਤ ਲੋਕ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਅਕਾਲੀ ਦਲ ਦੇ ਲੀਡਰਾਂ ਦਾ ਵਿਰੋਧ ਕਰਦੇ ਆ। ਦੂਜੇ ਪਾਸੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਹਿਤਾ ਕਿ ਦੇਖੋ ਪਗੜੀ ਦਾ ਕਿਸ ਤਰੀਕੇ ਵਾਰ ਵਾਰ ਨਿਰਾਦਰ ਕੀਤਾ ਜਾ ਰਿਹਾ, ਇਹਨਾਂ ਲੋਕਾਂ ਦੇ ਉੱਤੇ ਠੋਕ ਵਜਾ ਕੇ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਕਿ ਬਹੁਤ ਮਾੜੀ ਗੱਲ ਹੈ। ਪਰ ਕੁੱਲ ਮਿਲਾ ਕੇ ਇਹ ਸਾਰੀਆਂ ਸਥਿਤੀਆਂ ਪੈਦਾ ਕਿਉਂ ਹੋਈਆਂ, ਘਟਨਾਵਾਂ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ, ਐਸੀਆਂ ਕਿਹੜੀਆਂ ਗਤੀਵਿਧੀਆਂ ਨੇ, ਉਹਨਾਂ ਗਤੀਵਿਧੀਆਂ ਦੀ ਪਹਿਚਾਣ ਜ਼ਰੂਰ ਕੀਤੀ ਜਾਵੇ ਜਿਹਦੇ ਨਾਲ ਕਿ ਭਵਿੱਖ ਦੇ ਵਿੱਚ ਇੱਦਾਂ ਦਾ ਸੰਕਟ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਦੇ ਲਈ ਕਦੇ ਦੁਬਾਰਾ ਨਾ ਪੈਦਾ ਹੋਵੇ। ਜੀ ਬੜ ਸਾਹਿਬ, ਉਧਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਭਾਵੇਂ ਛੋਟਾ ਹੀ ਆ, ਸ਼ੁਰੂ ਹੋ ਚੁੱਕਿਆ, ਕਿਵੇਂ ਦੀ ਰਹੀ ਸ਼ੁਰੂਆਤ? ਕਮਲ ਸਿੰਘ ਜੀ, ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਦੂਸਰਾ ਦਿਨ ਹੈ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਬਹੁਤ ਛੋਟਾ ਹੈ, ਪਰ ਹੈ ਬੜਾ ਮਹੱਤਵਪੂਰਨ ਜੀ। ਹੁਣ ਇੰਨਾ ਕੁ ਜ਼ਿਆਦਾ ਮਹੱਤਵਪੂਰਨ ਹੈ ਕਿ ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਕਾਂਡ ਦੀ ਜਾਂਚ ਲਈ ਬਣੇ ਕਮਿਸ਼ਨ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਰੱਖੀ ਜਾਣੀ ਹੈ। ਚੱਲ ਰਿਹਾ ਸੈਸ਼ਨ ਇਸ ਵੇਲੇ, ਰੌਲਾ ਗੌਲਾ ਸਿਖਰਾਂ ਦੇ ਉੱਤੇ ਹੈ। ਹਾਲਾਂਕਿ ਅਜੇ ਤੱਕ ਅਥੈਂਟਿਕ ਖਬਰ ਨਹੀਂ ਕੋਈ ਆ ਸਕੀ। ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਬਹੁਤ ਚੱਲ ਰਹੀਆਂ ਕਿ ਭਾਈ ਵਿਧਾਨ ਸਭਾ 'ਚ ਆ ਵੀ ਹੋ ਗਿਆ ਤੇ ਉਹ ਵੀ ਹੋ ਗਿਆ। ਬਾਕੀ ਜੇ ਅੱਜ ਜਦੋਂ ਰਿਪੋਰਟ ਹੁਣ ਟੇਬਲ ਕਰ ਦਿੱਤੀ ਗਈ, ਉਹਦੇ ਤੋਂ ਬਾਅਦ ਵੀ ਤਾਂ 400-500-600 ਪੰਨਿਆਂ ਦੀ ਰਿਪੋਰਟ ਹੈ, ਕਿਹੜਾ ਆਪਣੇ ਕੋਲ 2 ਘੰਟਿਆਂ ਦੇ ਵਿੱਚ ਪਤਾ ਲੱਗ ਜਾਣਾ ਕਿ ਕਿਹੜੇ ਪੰਨੇ ਦੇ ਉੱਤੇ ਕੀ ਲਿਖਿਆ ਤੇ ਕਿਹੜੇ 'ਤੇ ਕੀ ਲਿਖਿਆ। ਹਾਂ, ਫੌਰੀ ਤੌਰ ਦੇ ਉੱਤੇ ਇੰਨਾ ਕੁ ਜ਼ਰੂਰ ਪਤਾ ਲੱਗ ਜਾਣਾ ਕਿ ਲੀਕ ਹੋਈ ਰਿਪੋਰਟ ਤੇ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਕਿੰਨੀਆਂ ਕੁ ਸਮਾਨਤਾਵਾਂ ਨੇ। ਤੇ ਨਾਲ ਦੀ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਮਸਲਾ ਹੈ ਕਿ ਕੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਹੈ ਉਹ ਟੈਲੀਕਾਸਟ ਕੀਤੀ ਜਾਏਗੀ ਲਾਈਵ ਜਾਂ ਨਹੀਂ। ਕਿਉਂਕਿ ਪਿਛਲੇ ਦਿਨੀ ਐਡਵੋਕੇਟ HS ਫੂਲਕਾ ਸਾਹਿਬ ਨੇ ਜਦੋਂ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ ਮੁਕੰਮਲ ਹੋਇਆ ਸੀ, ਇਹ ਮੰਗ ਕੀਤੀ ਸੀ ਕਿ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਸਾਹਿਬ ਦੀ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਉਹ ਬਹੁਤ ਮਹੱਤਵਪੂਰਨ ਹੈ, ਉਹਨੂੰ ਜਦੋਂ ਪੇਸ਼ ਕੀਤਾ ਜਾਣਾ ਹੈ ਉਹਦਾ ਲਾਈਵ ਟੈਲੀਕਾਸਟ ਟੈਲੀਕਾਈਟ ਪ੍ਰਸਾਰਣ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਬੱਚਾ ਬੱਚਾ ਹੀ ਨਹੀਂ ਦੁਨੀਆਂ ਭਰ ਦਾ ਜਿਹੜਾ ਸਿੱਖ ਤੇ ਪੰਜਾਬੀ ਭਾਈਚਾਰਾ ਹੈ ਉਹ ਚਾਹੁੰਦਾ ਹੈ ਕਿ ਸਾਨੂੰ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਿਕ ਪਤਾ ਲੱਗੇ ਕਿ ਆਖਿਰਕਾਰ ਇਹ ਸਾਰਾ ਕੰਮਕਾਰ ਜਿਹੜਾ ਬੇਅਦਬੀ ਵਾਲਾ ਕਿਹਨੇ ਕਰਾਇਆ ਤੇ ਕਿਹਨੇ ਕੀਤਾ। ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਵੀ ਹਮਾਇਤ ਕੀਤੀ, ਭਾਰਤੀ ਜਨਤਾ ਪਾਰਟੀ ਵੱਲੋਂ ਤਰਨ ਚੁੱਗ ਨੇ ਵੀ ਹਮਾਇਤ ਕੀਤੀ, ਕਈ ਹੋਰ ਲੀਡਰ ਨੇ। ਸੁਖਪਾਲ ਸਿੰਘ ਖਹਿਰਾ ਤਾਂ ਪਹਿਲਾਂ ਤੋਂ ਕਹਿੰਦੇ ਆ ਰਹੇ ਕਿ ਲਾਈਵ ਕਰੋ, ਸਾਰਾ ਟੈਲੀਕਾਸਟ ਕਰੋ, ਪ੍ਰਸਾਰਣ ਕਰੋ। ਹੁਣ ਪ੍ਰਤਾਪ ਸਿੰਘ ਬਾਜਵਾ ਕਾਂਗਰਸੀ MP ਨੇ, ਉਹਨਾਂ ਨੇ ਤਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਤੱਕ ਲਿਖ ਦਿੱਤੀ ਕਿ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਬਹੁਤ ਮਹੱਤਵਪੂਰਨ ਮੁੱਦਾ ਹੈ ਕਿ ਤੁਸੀਂ ਵਿਧਾਨ ਸਭਾ ਦੀ ਕਾਰਵਾਈ ਦਾ ਜੇ ਸਾਨੂੰ ਲਾਈਵ ਪ੍ਰਸਾਰਣ ਵਿਖਾ ਦਿਓ ਤਾਂ ਵਧੀਆ,
क्योंकि पंजाब के लोगों की भावनावां सीधे तौर के उत्ते इस मसले के नाल जुड़िया हुई हैं। हुण सरकार की करती है कि नहीं करती तो बाद दीआं गल्लां, पर यह अपने आप दे विच बहुत हैरानीजनक मसला है। देखो जी, 8-8 घंटे भी कार्रवाई चलती है, 16 घंटे हो गए, 16 घंटिया मसा 10 घंटे मिलेंगे श्री गुरु ग्रंथ साहब जी की बेअदबी वाले मुद्दे के उत्ते बहस करन दे लई, चर्चा करन दे लई। ते साडे कोल 100 जिहड़े 17 MLA ने, जे असीं हर एक MLA नूं 5-5 मिनट का भी समा दिंदे आ तां भी साडे कोल समा घटदा है। इहदे विच असीं लंच भी करांगे, चाह पानी भी पीवांगे, इहदे विच असीं होर मुद्दिआं ते रौला बवाला भी पावांगे, असीं कुछ मते भी पास करवाउणे आ। कहिण दा भाव है कि ठीक है, कैप्टन अमरिंदर सिंह की अगवाई वाली सरकार ने एक कमिशन बनाया, कमिशन की रिपोर्ट कैप्टन साहब को आउंदे उन्होंने कहता मैं विधानसभा दे विच पेश कर दूं। पिछली बादल साहब की सरकार दे नाल दो कदम अगे लंघ गए ने, पर इहदे बावजूद भी यह मसला अपने आप दे विच खड़े दा खड़ा है कि आने वाले दिनों दे विच यह सारा मसला जाएगा किधर। जे 5-5, 4-4, 2-2 मिनट भी असीं MLA नूं इस महत्वपूर्ण मुद्दे के उत्ते नहीं दे सकते तो असीं किवें कह सकते हैं कि भाई सार्थक चर्चा कराई है। हुण बहुत सारे लीडर ने भी मांग की कि हफ्ता एक बार करो सैशन, 5 दिन होर बधाओ, पर अजे तक कैप्टन सरकार ने इहदे बारे भी कोई फैसला नहीं किया। सो वेखदे हैं, एक पासे अज हिम्मत सिंह नूं छद्द च पा के छक्किया जाणा, दूजे पासे विधायक जिहड़े हवंसू जलाल ने कांग्रेसी उहदा मुद्दा लैके बैठे है, तीसरे पासे आम आदमी पार्टी की आपसी पाटोधार जिहड़ी है अजे तक उहदे उत्ते काबू नहीं पाया जा सकिया। ते वेखदे हैं कि इन सारिया प्रक्रियावां दे विच इस बहुत छोटे जिहे सैशन का हासिल की निकलता है। जी, ये रिपोर्ट की आपां गल कर लीए बाट साहब, रिपोर्ट जिहड़ी हुण इन्होंने जनतक करनी है विधानसभा दे विच, उहनू लैके अकाली दल की जिहड़ी प्रतिक्रिया उह तां अपनी जिहो जिहे जताई रहे आपां नूं पता ही है, उन्होंने तो शुरू तो नकारिया इस गल नूं, पर SGPC बड़ी चुप सी इहदे ते। SGPC ने की कहा इस रिपोर्ट बारे? कमल सिंह जी, बहुत हैरानी की गल है जी। श्रोमणी गुरुद्वारा प्रबंधक कमेटी की एक मीटिंग पहला रखी गई थी 24 तरीक न, 24 तरीक न मीटिंग रखी, 24 वाली मीटिंग अचानक कहते 25 होगी अमृतसर होगी, फिर सवेरे कहते नहीं चंडीगढ़ होगी, दुपहरे कहते नहीं फिर अमृतसर ही होगी। चलो मीटिंग मुकम्मल होंगी 25 शाम को, उसके बाद श्रोमणी गुरुद्वारा प्रबंधक कमेटी का एक साझा प्रेस नोट प्रधान साहब भाई गोबिंद सिंह लौंगोवाल साहब वालों जारी किया जाता है जी। उस साझे प्रेस नोट के श्रोमणी गुरुद्वारा प्रबंधक कमेटी की आखती है, वो कहते जी देखो गल बड़ी सीधी पदरी है, श्री गुरु ग्रंथ साहब जी का मुद्दा बहुत महत्वपूर्ण है, बेअदबी का मुद्दा तो बहुत ज्यादा निंदन योग है, इस संबंधी कांग्रेस पार्टी की सरकार ने जिहड़ा जस्टिस रणजीत सिंह सेवा मुक्त ने उन्हों का कमिश्न बनाया सी, वो कमिशन जिहड़ा बनाया सी उस कमिशन दे विच रिपोर्ट जिहड़ी तैयार की गई है असी उस रिपोर्ट नूं रद्द करते हैं क्योंकि एक पासे रिपोर्ट है। चलो श्रोमणी गुरुद्वारा प्रबंधक कमेटी के कोल अधिकार है, जे मैंबर सरबसंमति नाल कोई गल कहिंदे आ तां कह सकदे आ, उह कोई बाहरों बंदा थोड़ी कह सकदा तुसीं आ फैसला ना करो ते आ फैसला करो, उन्हां दा राइट है उन्होंने कहा। पर श्रोमणी गुरुद्वारा प्रबंधक कमेटी की इस मुद्दे के उत्ते बहुत वड्डी फजीहत हो रही है, उसका कारण यह है कि जिस सेवा मुक्त जस्टिस रणजीत सिंह कमिशन की रिपोर्ट को श्रोमणी गुरुद्वारा प्रबंधक कमेटी ने रद्द किया है, वो रिपोर्ट तो जाई नहीं जी। उस रिपोर्ट का कैप्टन अमरिंदर सिंह तो बिना, तो दूसरे पासे सेवा मुक्त जस्टिस रणजीत सिंह तो बिना तो किसी को पता ही नहीं बिल्कुल कि उस रिपोर्ट की लिखा, वो रिपोर्ट तैयार की गई किसे दोषी कहा गया, क्योंकि रिपोर्ट तो अभी अभी टेबल होनी थी ना, तुम 2 दिन पहले कर दिता। हम देखो हो सकता बिच विचाले तो लोग ये भी कहें तो भाई कितने लिखे लिखाए प्रेस नोट भी आते कई बार SGPC वाले तो भाई तुम आह बयान देना, हो सकता जो बयान उन्हें 2 दिन बाद देना कितने भुलेखे 2 दिन पहला पढ़िया गया, हम जरा अज रात में प्रेस नोट देना होना कितने पहला पढ़िया गया, तो जो पहला पढ़ना से कितने अज रात वाला थान कितने तब्दील हो गई। हूँ श्रोमणी गुरुद्वारा प्रबंधक कमेटी देखो इतिहासक बॉडी है सिख भाईचारे की, कि योगदान अज तक श्रोमणी गुरुद्वारा प्रबंधक कमेटी का रहा, पर हुण प्रधान साहब की अगवाई दे विच मैंबरां ने जिन्ना होशा जिहा फैसला किया कि भाई असीं रिपोर्ट नूं रद्द करते हैं, ये रिपोर्ट बिल्कुल भी कम दी नहीं। प्रधान साहब तुसीं कित्थों पढ़ी रिपोर्ट? सोशल मीडिया तो पढ़ी कि तुसीं सोशल मीडिया दीआं सारीआं गल्लां दे उत्ते एक्शन लैंदे हो? नहीं तां सोशल मीडिया दे उत्ते तां बहुत कुछ चलदा, सोशल मीडिया दे उत्ते तां 20 चीज़ां ने जिहड़ियां तुहानूं फौरी तौर ते चैलेंज दे रूप च लैणियां चाहीदियां पर तुसीं नहीं लैंदे, पर ये रिपोर्ट नूं तुसीं सोशल मीडिया तों कि कैसे चक लिया? सो कुल मिला के
ਬਹੁਤੇ ਲੋਕਾਂ ਨੂੰ ਇਸ ਤਰੀਕੇ ਨਜ਼ਰ ਆ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਠੋਕਾ ਹੋਣ ਦਾ ਲੱਗਦਾ ਜਾ ਰਿਹਾ ਦੋਸ਼ ਇਸ ਘਟਨਾ ਨੇ, ਇਸ ਮੀਟਿੰਗ ਨੇ, ਇਸ ਪ੍ਰੈਸ ਕਾਨਫਰੰਸ ਨੇ ਹੋਰ ਵੀ ਜ਼ਿਆਦਾ ਜਿਹੜਾ ਉਹ ਪੁਖਤਾ ਕਰ ਦਿੱਤਾ ਕਿ ਭਾਈ ਇਹ ਜਿਹੜਾ ਦੋਸ਼ ਲੱਗ ਰਿਹਾ ਲੱਗਦਾ ਕਿ ਠੀਕ ਹੈ, ਕਿਉਂਕਿ ਇਸ ਰਿਪੋਰਟ ਨੂੰ ਰੱਦ ਕਿਹਨੇ ਕੀਤਾ? ਰਿਪੋਰਟ ਨੂੰ ਤਾਂ ਰੱਦ ਅਜੇ ਤੱਕ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ ਨਾ ਕਿ ਭਾਈ ਸਾਨੂੰ ਨੀ ਪਤਾ ਰਿਪੋਰਟ ਮਾੜੀ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਨੇ ਅਰਜ਼ੀ ਨਹੀਂ ਦਿੱਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਨੇ ਬੇਨਤੀ ਨਹੀਂ ਕੀਤੀ ਕਿ ਤੁਸੀਂ ਇਸ ਮੁੱਦੇ ਤੇ ਫੈਸਲਾ ਕਰੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਨੇ ਵੀ ਇਸ ਮੁੱਦੇ ਦੇ ਉੱਤੇ ਰਿਪੋਰਟ ਦੀ ਕਾਪੀ ਨਹੀਂ ਲਿਆ ਕੇ ਦਿੱਤੀ। ਸੋ ਨਾ ਸ਼ਿਕਾਇਤ ਆਈ, ਨਾ ਬੇਨਤੀ ਪੱਤਰ ਆਇਆ, ਨਾ ਰਿਪੋਰਟ ਆਈ, ਤੇ ਬਿਨਾਂ ਰਿਪੋਰਟ ਨੂੰ ਪੜਿਆ ਹੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਦੇ ਫਰਮਾਨ ਜਾਰੀ ਕਰਨ ਲੱਗੂ ਨਾ ਤਾਂ ਫਿਰ ਆਪਣੇ ਆਪ ਦੇ ਵਿੱਚ ਬੜੀ ਅਜੀਬ ਗੱਲ ਹੈ। ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਨੂੰ ਖਿਆਲ ਰੱਖਣਾ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਸਿਆਸੀ ਪਾਰਟੀ ਨਹੀਂ, ਇੱਕ ਸਿੱਖ ਕੌਮ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਜਿਹਦਾ ਵਕਾਰ ਜਿਹੜਾ ਨਾ ਉਹ ਬਹਾਲ ਰੱਖਣਾ ਬਹੁਤ ਜ਼ਰੂਰੀ ਹੈ, ਪਰ ਹਾਲ ਦੀ ਘੜੀ ਗੱਲ ਦੂਜੇ ਪਾਸੇ ਨਹੀਂ ਜਾਂਦੀ ਪ੍ਰਤੀਤ ਹੋ ਰਹੀ ਹੈ। ਜੀ, ਅਗਲੀ ਖਬਰ ਸੁਣੀਏ ਬਾਟ ਸਾਹਿਬ, ਕਿ ਬੀਬੀ ਭੱਠਲ ਨੇ ਜਿਹੜੇ ਕਾਂਗਰਸ ਦੇ ਉਹ ਅੰਦਰੋਂ ਅੰਦਰੀ ਚੋਣ ਲੜਨ ਲਈ ਬੜੇ ਕਾਹਲੇ ਪੈ ਰਹੇ ਨੇ, ਕੀ ਰਿਪੋਰਟ ਹੈ? ਪਰ ਕਮਲ ਸਿੰਘ ਜੀ, ਬੀਬੀ ਰਜਿੰਦਰ ਕੌਰ ਭੱਠਲ ਦੀਆਂ ਸਿਆਸੀ ਤੌਰ ਤੇ ਇੱਛਾਵਾਂ ਬਹੁਤ ਰਹੀਆਂ ਜਿਵੇਂ ਬਾਕੀ ਸਿਆਸੀ ਪਾਰਟੀਆਂ ਦੇ ਲੀਡਰਾਂ ਦੀਆਂ ਰਹਿੰਦੀਆਂ। ਬੀਬੀ ਜੀ ਨੂੰ ਵੈਸੇ ਮਾਣ ਸਤਿਕਾਰ ਦੇਣ ਦੇ ਵਿੱਚ ਕੋਈ ਕਸਰ ਵੀ ਨੀ ਅੱਜ ਤੱਕ ਛੱਡੀ ਪਾਰਟੀ ਨੇ। ਉਹ ਮੁੱਖ ਮੰਤਰੀ ਰਹੇ ਪੰਜਾਬ ਦੇ, ਭਾਵੇਂ ਚੰਦ ਮਹੀਨਿਆਂ ਲਈ ਰਹੇ, ਉਹ ਉਪ ਮੁੱਖ ਮੰਤਰੀ ਰਹੇ ਪੰਜਾਬ ਦੇ, ਕਈ ਵਾਰ ਦੇ ਕੈਬਨਿਟ ਮੰਤਰੀ ਨੇ, ਉਹਨਾਂ ਨੂੰ ਵਿਰੋਧੀ ਧਿਰ ਦਾ ਨੇਤਾ ਤੱਕ ਬਣਾਇਆ ਗਿਆ, ਉਹਨਾਂ ਨੂੰ ਹੋਰ ਵੀ ਕਈ ਮਾਣ ਮੱਤੇ ਅਹੁਦੇ ਦਿੱਤੇ ਗਏ। ਚਲੋ ਉਹ ਵੱਖਰੀ ਗੱਲ ਹੈ ਕਿ ਲਹਿਰਾ ਗਾਗਾ ਵਿਧਾਨ ਸਭਾ ਹਲਕਾ ਜਿਹਨੂੰ ਕਿ ਬੀਬੀ ਰਜਿੰਦਰ ਕੌਰ ਭੱਠਲ ਦਾ ਪੱਕਾ ਹੀ ਹਲਕਾ ਮੰਨਿਆ ਜਾਂਦਾ ਸੀ ਕਿ ਭਾਈ ਬੀਬੀ ਰਜਿੰਦਰ ਕੌਰ ਭੱਠਲ ਦੀ ਤਾਂ ਇੱਥੇ ਨਾ ਕੋਈ ਬੰਦਾ ਹਰਾ ਨਹੀਂ ਸਕਦਾ, ਬੀਬੀ ਰਜਿੰਦਰ ਕੌਰ ਭੱਠਲ ਦਾ ਇਹ ਹਲਕਾ ਇੰਨਾ ਜ਼ਿਆਦਾ ਮਹੱਤਵਪੂਰਨ ਹੈ ਕਿ ਇੱਥੇ ਕੋਈ ਵੀ ਬੰਦਾ ਆ ਜਾਏ। ਅਕਾਲੀ ਦਲ ਨੇ ਕਈ ਬੰਦੇ ਬਦਲ ਬਦਲ ਕੇ ਖੜੇ ਕੀਤੇ, ਪਰ ਬੀਬੀ ਰਜਿੰਦਰ ਕੌਰ ਭੱਠਲ ਨੂੰ ਕੋਈ ਹਰਾ ਨਹੀਂ ਸੀ ਸਕਿਆ। ਪਰ ਹੁਣ ਅਚਾਨਕ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਨੇ ਆਪਣੀ ਸੀਟ ਬਦਲੀ, ਬੀਬੀ ਭੱਠਲ ਦੇ ਖਿਲਾਫ ਜਾ ਕੇ ਚੋਣ ਲੜੀ ਤੇ ਜਿੱਤੀ, ਥੋੜੀਆਂ ਵੋਟਾਂ ਦੇ ਨਾਲ ਬੀਬੀ ਜੀ ਹਾਰ ਗਏ। ਜਿੰਨੀ ਦੇਰ ਬੀਬੀ ਜਿੱਤਦੇ ਰਹੇ ਕਾਂਗਰਸ ਦੀ ਸਰਕਾਰ ਨਹੀਂ ਸੀ ਬਣਦੀ, ਅੱਜ ਕੀ ਹਾਰ ਗਿਆ ਤੇ ਕਾਂਗਰਸ ਦੀ ਸਰਕਾਰ ਬਣ ਗਈ। ਹੁਣ ਬੀਬੀ ਜੀ ਨੂੰ ਬਾਰ ਬਾਰ ਇਹ ਝੂਰਾ ਖਾਈ ਜਾਂਦਾ ਕਿ ਜੇ ਜਿੱਤਦੀ ਤਾਂ ਘੱਟੋ ਘੱਟ ਕੈਬਨਿਟ ਮੰਤਰੀ ਬਣਦੀ, ਹੋ ਸਕਦਾ ਉਪ ਮੁੱਖ ਮੰਤਰੀ ਦਾ ਇਡਾ ਲੱਗ ਜਾਂਦਾ, ਵਧੀਆ ਮਹਿਕਮਾ ਮਿਲਦਾ, ਟੌਲ ਟੱਪਾ ਪੂਰਾ ਹੁੰਦਾ। ਪਰ ਹੁਣ ਕੀ ਹੋ ਸਕਦਾ, ਹੁਣ ਤਾਂ ਬੀਬੀ ਜੀ ਹਾਰ ਗਏ, ਚਲੋ ਉਹ ਮੰਤਰੀ ਨਹੀਂ ਬਣ ਸਕੇ। ਜਦੋਂ ਮੰਤਰੀ ਨਹੀਂ ਬਣ ਸਕੇ ਤਾਂ ਤਕਰੀਬਨ ਉਹਨੇ ਸਿਆਸੀ ਤੌਰ ਤੇ ਗੋਡੇ ਕੈਪਟਨ ਅਮਰਿੰਦਰ ਸਿੰਘ ਦੇ ਮੂਹਰੇ ਟੇਕ ਕੇ ਰੱਖੇ ਕਿ ਭਾਈ ਆਹ ਦੇਖੋ ਸਿੱਧੇ ਤੌਰ ਦੇ ਉੱਤੇ ਅਸੀਂ ਆਹ ਸਾਰਾ ਕੁਝ ਕਰਨਾ ਚਾਹੁੰਦੇ ਹਾਂ ਤੇ ਆਹ ਸਾਰਾ ਕੁਝ ਕੀਤਾ ਜਾ ਰਿਹਾ, ਮੈਂ ਪਾਰਟੀ ਲਈ ਆਹ ਕੰਮ ਕਰਦੀ ਹਾਂ, ਮੈਂ ਇਹਦੇ ਲਈ ਆਹ ਕੰਮ ਕਰਦੀ ਹਾਂ। ਚਲੋ ਆਖਿਰਕਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦੇਖਿਆ ਕਿ ਬੀਬੀ ਰਜਿੰਦਰ ਕੌਰ ਭੱਠਲ ਘੱਟੋ ਘੱਟ ਐਤਕੀ ਵਿਰੋਧਤਾ ਤਾਂ ਨਹੀਂ ਕਰਦੇ, ਪਹਿਲਾਂ ਵਿਰੋਧਤਾ ਬਹੁਤ ਕਰਦੇ ਰਹੇ ਪਿਛਲੀ ਵਾਰ 2002 ਤੋਂ 2007 ਤੱਕ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ, ਆਖਿਰਕਾਰ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਲਾਤਾ ਬੀਬੀ ਰਜਿੰਦਰ ਕੌਰ ਭੱਠਲ ਨੂੰ, ਉਹਦੇ ਵਿੱਚ ਮੰਤਰੀ ਦੀਆਂ ਸਹੂਲਤਾਂ ਮੰਤਰੀ ਦਾ ਦਰਜਾ ਦੇ ਦਿੱਤਾ ਕਿ ਚਲੋ ਬੀਬੀ ਜੀ ਹੁਣ ਤੁਸੀਂ ਐਤਕੀ ਬਹੁਤੀ ਜ਼ਿਆਦਾ ਚੁਣੌਤੀ ਦੇਣ ਦੇ ਕਾਬਿਲ ਨਹੀਂ ਤੇ ਨਾ ਦਿੰਦੇ ਹੋ, ਆਪਾਂ ਤੁਹਾਨੂੰ ਫਿਰ ਇੱਕ ਮੰਤਰੀ ਦੀਆਂ ਸਹੂਲਤਾਂ ਤਾਂ ਦੇ ਦਿੰਦੇ ਹਾਂ। ਹੁਣ ਲੱਗਦਾ ਸੀ ਕਿ ਬੀਬੀ ਰਜਿੰਦਰ ਕੌਰ ਭੱਠਲ ਦੇ ਪੌਣੇ ਕੁ ਚਾਰ ਸਾਲ ਇੱਦਾਂ ਨਿਕਲ ਜਾਣੇ ਆ ਜਿਹੜੇ ਬਾਕੀ ਨਹੀਂ ਦੇ ਸਰਕਾਰ ਦੇ, ਪਰ ਇਹਦੇ ਬਾਵਜੂਦ ਵੀ ਬੀਬੀ ਰਜਿੰਦਰ ਕੌਰ ਭੱਠਲ ਇੱਥੇ ਸੰਤੁਸ਼ਟ ਨਹੀਂ ਜਾਪਦੇ। ਪਿਛਲੇ 5 ਮਹੀਨਿਆਂ ਦੇ ਵਿੱਚ ਹਰਕਮਲ ਸਿੰਘ ਜੀ ਤੀਸਰੀ ਵਾਰ ਬੀਬੀ ਰਜਿੰਦਰ ਕੌਰ ਭੱਠਲ ਨੇ ਇਸ ਗੱਲ ਦੇ ਉੱਤੇ ਟਿੱਪਣੀ ਕੀਤੀ ਹੈ। ਜਦੋਂ ਵੀ ਕਦੇ ਪੱਤਰਕਾਰ ਪੁੱਛਦੇ ਬੀਬੀ ਜੀ ਲੋਕ ਸਭਾ ਦੀਆਂ ਚੋਣਾਂ ਲੜੋਂਗੇ, ਉਹਨਾਂ ਨੇ ਕਦੇ ਨਹੀਂ ਕਿਹਾ ਕਿ ਮੈਂ ਚੋਣ ਨਹੀਂ ਲੜਨੀ, ਸਾਡੇ ਹੋਰ ਵਰਕਰ ਜਾਂ ਲੀਡਰ ਬਥੇਰੇ ਨੇ ਜਿਹਨਾਂ ਨੂੰ ਟਿਕਟਾਂ ਮਿਲਣੀਆਂ ਚਾਹੀਦੀਆਂ, ਤੇ ਮੇਰੇ ਕੋਲ ਤਾਂ ਹੁਣ ਪੰਜਾਬ ਰਾਜ ਯੋਜਨਾ ਬੋਰਡ ਉਪ ਚੇਅਰਮੈਨ ਦੀ ਉਪ ਚੇਅਰਪਰਸਨ ਦੀ ਕੁਰਸੀ ਹੈਗੀ ਹੈ। ਉਹ ਕਹਿੰਦੇ ਦੇਖੋ ਜੇ ਹਾਈਕਮਾਂਡ ਤੇ ਨਿਰਭਰ ਕਰਦਾ, ਹਾਈਕਮਾਂਡ ਮੈਨੂੰ ਕਹੇ ਸਹੀ ਮੈਂ ਸੰਗਰੂਰ ਤੋਂ ਚੋਣ ਲੜਨ ਦੇ ਲਈ ਤਿਆਰ ਹਾਂ। ਇਹ ਬੀਬੀ ਰਜਿੰਦਰ ਕੌਰ ਭੱਠਲ ਦਾ ਬਿਆਨ ਹੈ ਕਿ ਮੈਂ ਸੰਗਰੂਰ ਤੋਂ ਚੋਣ ਲੜਨ ਦੇ ਲਈ ਤਿਆਰ ਹਾਂ। ਠੀਕ ਹੈ ਬੀਬੀ ਜੀ, ਤੁਸੀਂ ਚੋਣ ਲੜੋ, ਪਰ ਨਾਲ ਦੀ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਮਸਲਾ ਕਿ ਚੋਣ ਲੜਨ ਦੇ ਲਈ ਬੀਬੀ ਜੀ ਤਿਆਰ ਤਾਂ ਹੈਗੇ ਨੇ, ਪਰ ਮਕਸਦ ਕੀ ਹੋ ਸਕਦਾ? ਦੇਖੋ ਬੀਬੀ ਜੀ ਦੇ ਮਨ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਚੀਜ਼ ਹੈ ਕਿ ਹੋ ਸਕਦਾ ਐਤਕੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਨਾ ਬਣੇ, ਉਹਦੀਆਂ ਸੀਟਾਂ ਬਹੁਤ ਘੱਟ ਜਾਣ ਤੇ ਸਾਡੀਆਂ ਵੱਧ ਜਾਣ। ਉਹਨਾਂ ਨੂੰ ਇਹ ਵੀ ਸੰਭਾਵਨਾ ਹੈ ਕਿ ਤੀਸਰੇ ਮੋਰਚੇ ਦੇ ਨਾਲ ਸਾਂਝੇ ਤੌਰ ਤੇ ਕਿਤੇ ਨਾ ਕਿਤੇ ਕੇਂਦਰ ਦੇ ਵਿੱਚ ਸਰਕਾਰ ਬਣ ਸਕਦੀ ਹੈ, ਤੇ ਫਿਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਜੇ ਮੈਂ ਕਿਤੇ MP ਬਣ ਜਾਂ ਤਾਂ ਹੋ ਸਕਦਾ ਕੇਂਦਰ ਦੇ ਵਿੱਚ ਹੀ ਮੰਤਰੀ ਬਣਨ ਦਾ ਦਾਅ ਲੱਗ ਜਾਏ। ਹਾਲਾਂਕਿ ਉਹ ਬਹੁਤ ਦੂਰ ਦੀ ਕੌਡੀ ਹੈ, ਅਜੇ ਉਹ ਦੌਰ ਬਹੁਤ ਦੂਰ ਹੈ,
ਪਤਾ ਨਹੀਂ ਟਿਕਟ ਮਿਲਣੀ ਕਿ ਨਹੀਂ ਮਿਲਣੀ, ਜੇ ਮਿਲਣੀ ਜਿੱਤਣਾ ਕਿ ਨਹੀਂ ਜਿੱਤਣਾ, ਜੇ ਜਿੱਤਣਾ ਤੇ ਕੇਂਦਰ ਚ ਸਰਕਾਰ ਬਣਨੀ ਕਿ ਨਹੀਂ ਬਣਨੀ, ਜੇ ਬਣਨੀ ਹੈ ਤਾਂ ਕਾਂਗਰਸ ਦੀ ਜਿਹਦੇ ਨਾਲ ਸਮਝੌਤਾ ਕਰਕੇ ਬਣਨੀ, ਉਹਨਾਂ ਦੇ ਕਿੰਨੇ ਮੰਤਰੀ ਤੇ ਇਹਨਾਂ ਦੇ ਕਿੰਨੇ ਮੰਤਰੀ। ਪਰ ਫਿਰ ਵੀ ਬੀਬੀ ਰਜਿੰਦਰ ਕੌਰ ਭੱਠਲ ਦੇ ਮਨ ਚ ਹੈਗਾ ਕਿ ਭਾਈ ਜੇ ਮੈਂ ਚੰਡੀਗੜ੍ਹ ਵਿਧਾਨ ਸਭਾ ਦੀਆਂ ਬਰੂਹਾਂ ਨਹੀਂ ਐਤਕੀ ਟੱਪ ਸਕੀ ਤਾਂ ਘੱਟੋ ਘੱਟ ਦਿੱਲੀ ਦੀਆਂ ਲੋਕ ਸਭਾ ਵਾਲੀਆਂ ਬਰੂਹਾਂ ਟੱਪ ਲਾਂ, ਉੱਥੇ ਹੀ ਹੋ ਸਕਦਾ ਕੋਈ ਵੱਡਾ ਅਹੁਦਾ ਮਿਲ ਜਾਏ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕਾਂਗਰਸ ਪਾਰਟੀ ਆਪਣੀ ਟਿਕਟਾਂ ਦੀ ਵੰਡ ਕਰੇਗੀ ਤਾਂ ਉਹਨਾਂ ਟਿਕਟਾਂ ਦੀ ਵੰਡ ਦੇ ਵੇਲੇ ਬੀਬੀ ਰਜਿੰਦਰ ਕੌਰ ਭੱਠਲ ਦੀ ਇਸ ਇੱਛਾ ਨੂੰ ਕਿੰਨਾ ਕੁ ਸਾਹਮਣੇ ਰੱਖਿਆ ਜਾਏਗਾ। ਜੀ ਉਧਰ ਵਟਸਐਪ ਮਨਪ੍ਰੀਤ ਬਾਦਲ ਦੀ ਵੀ ਕਾਂਗਰਸ ਦੇ ਵਿੱਚ ਅਹਿਮੀਅਤ ਵਧਣ ਦੀ ਖਬਰ ਹੈ, ਕਿਵੇਂ? ਹਰਕਮਲ ਸਿੰਘ ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਸਰਕਾਰ ਦੀ ਅਹਿਮੀਅਤ ਜਿਹੜੀ ਹੈ ਉਹ ਲਗਾਤਾਰ ਵੱਧ ਰਹੀ ਹੈ ਜੀ। ਹੁਣ ਆਪਾਂ ਪਿਛਲੇ ਸਮੇਂ ਚ ਵੇਖਿਆ ਕਿ ਪੰਜਾਬ ਦੇ ਕਈ ਕਾਂਗਰਸ ਦੇ ਵੱਡੇ ਲੀਡਰ ਨੇ, ਕੈਪਟਨ ਅਮਰਿੰਦਰ ਸਿੰਘ, ਬੀਬੀ ਭੱਠਲ, ਲਾਲ ਸਿੰਘ, ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੂ, ਬ੍ਰਹਮ ਮਹਿੰਦਰਾ, ਇਹਦੇ ਤੋਂ ਇਲਾਵਾ ਕਈ ਨੌਜਵਾਨ ਲੀਡਰ ਨੇ ਜਿਹੜੇ ਰਾਹੁਲ ਗਾਂਧੀ ਦੇ ਬਹੁਤ ਨੇੜੇ ਮੰਨੇ ਜਾਂਦੇ ਸੀ, ਸੁਖਵਿੰਦਰ ਡੈਨੀ, ਵਿਜੇਂਦਰ ਸਿੰਗਲਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਵਨੀਤ ਬਿੱਟੂ, ਇਹ ਸਾਰੇ ਬੰਦੇ ਜਿਹੜੇ ਆ ਇਹ ਰਾਹੁਲ ਗਾਂਧੀ ਦੇ ਨੇੜੇ ਮੰਨੇ ਜਾਂਦੇ ਸੀ। ਪਰ ਜੇ ਕਿਸੇ ਲੀਡਰ ਨੇ ਥੋੜੇ ਸਮੇਂ ਦੇ ਵਿੱਚ ਹੀ ਕਾਂਗਰਸ ਪਾਰਟੀ ਦੇ ਅੰਦਰ ਆਪਣਾ ਬਹੁਤ ਵੱਡਾ ਪ੍ਰਭਾਵ ਬਣਾਇਆ, ਉਸ ਲੀਡਰ ਦਾ ਨਾਮ ਮਨਪ੍ਰੀਤ ਸਿੰਘ ਬਾਦਲ ਹੈ। ਇੱਕ ਹੋਰ ਲੀਡਰ ਹੈ ਨਵਜੋਤ ਸਿੰਘ ਸਿੱਧੂ। ਇਹਨਾਂ ਦੋਵਾਂ ਬੰਦਿਆਂ ਨੂੰ ਅਜੇ ਦੋ ਦੋ ਸਾਲ ਨਹੀਂ ਹੋਏ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਿਆਂ, ਪਰ ਇਹਨਾਂ ਨੇ ਕਾਂਗਰਸ ਪਾਰਟੀ ਦੇ ਅੰਦਰ ਇਹ ਲੱਗਦਾ ਕਿ 20 ਸਾਲ ਦਾ ਸਿਆਸੀ ਸਫ਼ਰ ਜਿਹੜਾ ਉਹ ਤੈਅ ਕਰ ਲਿਆ। ਦੇਖੋ ਮਨਪ੍ਰੀਤ ਬਾਦਲ ਜਿਹੜੇ ਆ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਥੋੜਾ ਸਮਾਂ ਪਹਿਲਾਂ ਕਾਂਗਰਸ ਸ਼ਾਮਿਲ ਹੋਣ ਦੇ ਬਾਵਜੂਦ ਬਠਿੰਡਾ ਸ਼ਹਿਰੀ ਹਲਕੇ ਤੋਂ ਕਈਆਂ ਦੇ ਵਿਰੋਧ ਦੇ ਬਾਵਜੂਦ ਟਿਕਟ ਦਿੱਤੀ ਜਿੱਤੋ ਜਿੱਤਣ ਤੋਂ ਬਾਅਦ ਕਈਆਂ ਦੇ ਵਿਰੋਧ ਦੇ ਬਾਵਜੂਦ ਮਨਪ੍ਰੀਤ ਬਾਦਲ ਨੂੰ ਪਹਿਲੀ ਵਾਰੀ ਕਾਂਗਰਸ ਦਾ MLA ਬਣਨ ਦੇ ਬਾਵਜੂਦ ਵਿੱਤ ਮੰਤਰਾਲੇ ਵਰਗਾ ਅਹਿਮ ਮਹਿਕਮਾ ਦਿੱਤਾ ਗਿਆ। ਇਹਦੇ ਤੋਂ ਬਾਅਦ ਮਨਪ੍ਰੀਤ ਬਾਦਲ ਜਿਹੜੇ ਆ ਉਹਨਾਂ ਦੀ ਕਈ ਵਾਰੀ ਅਹਿਮੀਅਤ ਵੇਖਣ ਨੂੰ ਮਿਲੀ ਰਾਹੁਲ ਗਾਂਧੀ ਦੀਆਂ ਨਜ਼ਰਾਂ ਦੇ ਵਿੱਚ। ਕਈ ਵਾਰੀ ਰਾਹੁਲ ਗਾਂਧੀ ਆਰਥਿਕ ਮਾਮਲਿਆਂ ਦੇ ਉੱਤੇ ਜਦੋਂ ਨਰਿੰਦਰ ਮੋਦੀ ਸਾਹਿਬ ਦੀ ਕੇਂਦਰ ਸਰਕਾਰ ਦੀ ਆਲੋਚਨਾ ਕਰਨੀ ਹੁੰਦੀ ਹੈ ਉਦੋਂ ਵੀ ਮਨਪ੍ਰੀਤ ਬਾਦਲ ਤੋਂ ਪਤਾ ਲੱਗਾ ਕਿ ਸਲਾਹਾਂ ਲੈ ਲੈਂਦੇ ਆ, ਤੇ ਹੁਣ ਜਦੋਂ ਰਾਹੁਲ ਗਾਂਧੀ ਨੂੰ ਪਤਾ ਲੱਗ ਗਿਆ ਕਿ ਲੋਕ ਸਭਾ ਦੀਆਂ ਚੋਣਾਂ ਕਿਸੇ ਵੇਲੇ ਵੀ ਆ ਸਕਦੀਆਂ ਤੇ ਸਾਨੂੰ ਬਹੁਤ ਮੁਸਤੈਦ ਤੇ ਤਿਆਰ ਰਹਿਣਾ ਚਾਹੀਦਾ, ਉਹਨਾਂ ਨੇ 3 ਕਮੇਟੀਆਂ ਕਾਇਮ ਕੀਤੀਆਂ ਨੈਸ਼ਨਲ ਲੈਵਲ ਦੇ ਉੱਤੇ। ਇੱਕ 9 ਮੈਂਬਰੀ ਕੋਰ ਕਮੇਟੀ, ਇੱਕ 19 ਮੈਂਬਰੀ ਚੋਣ ਮਨੋਰਥ ਪੱਤਰ ਕਮੇਟੀ, ਇੱਕ 13 ਮੈਂਬਰੀ ਪ੍ਰਚਾਰ ਕਮੇਟੀ। ਤੇ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਸਰਗਰਮ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵਿੱਚੋਂ ਕੇਵਲ ਇੱਕੋ ਲੀਡਰ ਦਾ ਇਹਨਾਂ 3 ਕਮੇਟੀਆਂ ਦੇ ਵਿੱਚ ਨਾਮ ਆਇਆ ਤੇ ਉਸ ਲੀਡਰ ਦਾ ਨਾਮ ਹੈ ਮਨਪ੍ਰੀਤ ਸਿੰਘ ਬਾਦਲ ਜੀ। ਹੁਣ ਮਨਪ੍ਰੀਤ ਸਿੰਘ ਬਾਦਲ ਨੂੰ ਸਿੱਧੇ ਤੌਰ ਦੇ ਉੱਤੇ ਕਾਂਗਰਸ ਪਾਰਟੀ ਦੀ ਉਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਜਿਹੜੀ ਕਮੇਟੀ ਹੁਣ ਚੋਣ ਮਨੋਰਥ ਪੱਤਰ ਤਿਆਰ ਕਰੇਗੀ। ਹੁਣ ਚੋਣ ਮਨੋਰਥ ਪੱਤਰ ਬਹੁਤ ਅਹਿਮੀਅਤ ਰੱਖਦਾ, ਕਾਂਗਰਸ ਪਾਰਟੀ ਨੇ ਲੋਕਾਂ ਦੇ ਸਾਹਮਣੇ ਜਾ ਕੇ ਲੋਕ ਸਭਾ ਚੋਣਾਂ ਦੇ ਲਈ ਕੀ ਕਹਿਣਾ, ਵੋਟਾਂ ਕਿਵੇਂ ਮੰਗਣੀਆਂ, ਉਹ ਸਾਰਾ ਕੁਝ ਚੋਣ ਮਨੋਰਥ ਪੱਤਰ ਦੇ ਉੱਤੇ ਨਿਰਭਰ ਕਰਦਾ। ਤੇ ਜੇ ਚੋਣ ਮਨੋਰਥ ਪੱਤਰ ਜਿਹੜਾ ਉਹ ਵਧੀਆ ਬਣਿਆ ਹੋਏਗਾ ਤੇ ਉਹਦੇ ਉੱਤੇ ਫਿਰ ਜਿੱਤ ਨਿਰਭਰ ਕਰਨੀ ਹੈ, ਜੇ ਮਾੜਾ ਬਣਿਆ ਹੋਏਗਾ ਹਾਰ ਨਿਰਭਰ ਕਰਨੀ ਹੈ। ਪਰ ਮਨਪ੍ਰੀਤ ਸਿੰਘ ਬਾਦਲ ਦਾ ਕਾਂਗਰਸ ਪਾਰਟੀ ਦੀ ਇਸ ਨੈਸ਼ਨਲ ਲੈਵਲ ਦੀ ਚੋਣ ਮਨੋਰਥ ਪੱਤਰ ਕਮੇਟੀ ਦੇ ਵਿੱਚ ਸ਼ਾਮਿਲ ਹੋਣਾ ਆਪਣੇ ਆਪ ਦੇ ਵਿੱਚ ਇਹ ਦੱਸਦਾ ਕਿ ਰਾਹੁਲ ਗਾਂਧੀ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਬਹੁਤ ਜ਼ਿਆਦਾ ਭਰੋਸਾ। ਹਾਲਾਂਕਿ ਵਿੱਚ ਵਿਚਾਲੇ ਤਾਂ ਗੱਲਾਂ ਬਾਤਾਂ ਇਦਾਂ ਦੀਆਂ ਵੀ ਚੱਲਦੀਆਂ ਰਹਿੰਦੀਆਂ ਕਿ ਜੇ ਕਿਤੇ ਕੇਂਦਰ ਦੇ ਵਿੱਚ ਸਰਕਾਰ ਬਣਦੀ ਹੈ ਕਾਂਗਰਸ ਦੀ ਜਾਂ ਸਾਂਝੀ ਤਾਂ ਉਹਦੇ ਵਿੱਚ ਹੋ ਸਕਦਾ ਕਿ ਰਾਹੁਲ ਗਾਂਧੀ ਕਿਸੇ ਨਾ ਕਿਸੇ ਤਰੀਕੇ ਮਨਪ੍ਰੀਤ ਸਿੰਘ ਬਾਦਲ ਨੂੰ ਕੇਂਦਰ ਸਰਕਾਰ ਦੇ ਵਿੱਚ ਵੀ ਮੰਤਰੀ ਦਾ ਕੋਈ ਅਹੁਦਾ ਦੇ ਦੇਣ। ਹੋ ਸਕਦਾ ਕਿ ਫਾਈਨਾਂਸ ਮਿਨਿਸਟਰੀ ਵਰਗੀ ਗੱਲ ਵੀ ਉਧਰਲੇ ਪਾਸੇ ਨੂੰ ਕਰਤੀ। ਹਾਲਾਂਕਿ ਇਹ ਵੀ ਗੱਲ ਬੀਬੀ ਭੱਠਲ ਦੀ ਟਿਕਟਾਂ ਨੂੰ ਬਹੁਤ ਦੂਰ ਦੀ ਗੱਲ ਹੈ, ਪਰ ਜਿਸ ਤਰੀਕੇ ਮਨਪ੍ਰੀਤ ਸਿੰਘ ਬਾਦਲ ਨੂੰ ਅਹਿਮੀਅਤ ਮਿਲ ਰਹੀ ਹੈ, ਜਿਸ ਤਰੀਕੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਖਾਸ ਤੌਰ ਦੇ ਉੱਤੇ ਬੁਲਾਵਾ ਭੇਜਿਆ ਗਿਆ, ਇਹ ਸਾਰੀਆਂ ਗੱਲਾਂ ਦੱਸਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਰਾਹੁਲ ਗਾਂਧੀ ਦੀ ਕਾਂਗਰਸ ਪਾਰਟੀ ਦੇ ਉੱਤੇ ਪਕੜ ਕੌਮੀ ਪੱਧਰ ਦੇ ਉੱਤੇ ਮਜ਼ਬੂਤ ਰਹਿੰਦੀ ਹੈ ਤਾਂ ਇੱਕ ਨਾ ਇੱਕ ਦਿਨ ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬ ਕਾਂਗਰਸ ਦੀ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਦੇ ਸਕਦੇ ਆ। ਇਹਦੇ ਤੋਂ ਇਲਾਵਾ ਭਾਵੇਂ ਮਨੀਸ਼ ਤਿਵਾੜੀ ਜਿਹੜੇ ਨੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਕਾਂਗਰਸ ਪਾਰਟੀ ਦੀ ਕਮੇਟੀ ਦੇ ਵਿੱਚ, ਜੈਵੀਰ ਸ਼ੇਰਗਿੱਲ ਦਾ ਵੀ ਨੰਬਰ ਲੱਗਾ। ਪਰ ਇਹ ਦੋਵੇਂ ਬੰਦੇ ਪੰਜਾਬੀ ਟੱਚ ਵਾਲੇ ਜ਼ਰੂਰ ਨੇ ਪਰ ਪੰਜਾਬ ਦੇ ਵਿੱਚ ਲਗਾਤਾਰ ਸਿਆਸੀ ਤੌਰ ਦੇ ਉੱਤੇ ਸਰਗਰਮ ਨਹੀਂ ਰਹਿੰਦੇ। ਮੈਂ ਇੱਕ ਗੱਲ ਹੋਰ ਦੱਸਦਾ, ਦੇਖੋ ਇੱਥੇ ਕਿੰਨੇ ਵੱਡੇ ਵੱਡੇ ਲੀਡਰ ਨੇ। ਮੈਂ ਪ੍ਰਤਾਪ ਸਿੰਘ ਬਾਜਵਾ ਤੇ ਨਾਲ ਦੀ ਨਾਲ ਉਧਰਲੇ ਪਾਸੇ ਜ਼ਿਕਰ ਕੀਤਾ ਸੀ ਸ਼ਮਸ਼ੇਰ ਦੂਲੋ ਦਾ, ਕੈਪਟਨ ਅਮਰਿੰਦਰ, ਬੀਬੀ ਭੱਠਲ ਦਾ, ਹੋਰ 20 ਬੰਦੇ ਨੇ
ਉਹਨਾਂ ਦੇ ਵਿੱਚੋਂ ਕਿਸੇ ਨੂੰ ਸ਼ਾਮਿਲ ਨਾ ਕਰਕੇ ਮਨਪ੍ਰੀਤ ਬਾਦਲ ਨੂੰ ਸ਼ਾਮਿਲ ਕਰਨਾ ਇਹ ਆਉਣ ਵਾਲੀ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦੀ ਨਵੀਂ ਸਫਰੰਦੀ ਦਾ ਸੰਕੇਤ ਵੀ ਕਰਦਾ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਬਾਰੇ ਬਹੁਤ ਸਾਰੀਆਂ ਆਸਾਂ ਸੀ ਕਿ ਉਹਨਾਂ ਨੂੰ ਪ੍ਰਚਾਰ ਕਮੇਟੀ ਦੇ ਵਿੱਚ ਥਾਂ ਦਿੱਤੀ ਜਾਏਗੀ, ਪਰ ਅਜੇ ਤੱਕ ਉਹਨਾਂ ਨੂੰ ਥਾਂ ਨਹੀਂ ਦਿੱਤੀ ਗਈ। ਹੋ ਸਕਦਾ ਕਿ ਜਦੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਿਹੜੀ ਹੈ ਉਹ ਕਾਂਗਰਸ ਪਾਰਟੀ ਨੇ ਇਲੈਕਸ਼ਨ ਕਮਿਸ਼ਨ ਨੂੰ ਭੇਜਣੀ ਹੈ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਂ ਹੋਵੇ, ਪਰ ਹਾਲ ਦੀ ਘੜੀ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਪਾਰਟੀ ਦੇ ਅੰਦਰ ਥੋੜੇ ਸਮੇਂ ਦੇ ਵਿੱਚ ਹੀ ਵੱਡੀ ਸਿਆਸੀ ਛਾਲ ਲਾਉਣ ਦਾ ਮੌਕਾ ਜ਼ਰੂਰ ਮਿਲ ਗਿਆ। ਜੀ, ਇੱਕ ਨਜ਼ਰ ਵਟਸਐਪ ਉੱਧਰ ਬਾਬੇ ਬਕਾਲੇ ਵਾਲੇ ਰੱਖੜ ਪੁੰਨਿਆ ਦੇ ਮੇਲੇ 'ਤੇ ਵੀ ਮਾਰ ਦਿਓ। ਉੱਥੇ ਫਿਰ ਜਿਹੜੇ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਸਿਆਸੀ ਅਖਾੜੇ ਲਾਏ ਸੀ, ਕਿਹੋ ਜਿਹੇ ਸਿਆਸੀ ਤੀਰ ਛੱਡੇ ਫਿਰ ਇਹਨਾਂ ਨੇ ਆਪਣੀ ਆਪਣੀ ਜ਼ਬਾਨਾਂ 'ਚੋਂ? ਹਰਕਮਲ ਸਿੰਘ ਜੀ, ਮੁੱਖ ਤੌਰ 'ਤੇ ਤਿੰਨ ਧਿਰਾਂ ਨੇ ਸਿਆਸੀ ਕਾਨਫਰੰਸਾਂ ਕੀਤੀਆਂ, ਰੱਖੜ ਪੁੰਨਿਆ ਦੇ ਮੇਲੇ ਤੇ ਬਾਬਾ ਬਕਾਲਾ ਦੀ ਧਰਤੀ ਤੇ। ਇੱਕ ਧਿਰ ਵਿੱਚੋਂ ਗੈਰ ਹਾਜ਼ਰ ਸੀ ਜਿਹੜੀ ਸੁਖਪਾਲ ਸਿੰਘ ਖਹਿਰਾ ਦੀ ਧਿਰ ਹੈ ਆਮ ਆਦਮੀ ਪਾਰਟੀ ਵਾਲੀ। ਜੀ, ਭਗਵੰਤ ਮਾਨ ਦੀ ਧਿਰ ਇੱਥੇ ਕਾਇਮ ਸੀ, ਰੈਲੀ ਕੀਤੀ, ਕਾਨਫਰੰਸ ਕੀਤੀ, ਅਕਾਲੀ ਦਲ ਬਾਦਲ ਨੇ ਵੀ ਕੀਤੀ, ਕਾਂਗਰਸ ਨੇ ਵੀ ਕੀਤੀ। ਗੱਲ ਇਹ ਹੋਈ ਕਿ ਭਾਈ ਸਿੱਧੇ ਤੌਰ ਦੇ ਉੱਤੇ ਮੇਲਾ ਤਾਂ ਧਾਰਮਿਕ ਮਹੱਤਤਾ ਵਾਲਾ, ਸੰਗਤ ਕਿਸੇ ਹੋਰ ਜਜ਼ਬੇ ਦੇ ਨਾਲ ਆਉਂਦੀ ਹੈ ਤੇ ਇੱਥੇ ਆ ਕੇ ਸਿਆਸਤਦਾਨ ਜਦੋਂ ਆਪਣੇ ਟੈਂਟ ਕੱਢਦੇ ਆ, ਰੌਲਾ ਰੱਪਾ ਪਾਇਆ ਗਿਆ ਸੀ ਕਿ ਭਾਈ ਸਿਆਸੀ ਗੱਲਾਂ ਨਾ ਕਰਿਓ, ਪਰ ਤਿੰਨਾਂ ਦੇ ਵਿੱਚੋਂ ਜਿਹੜੀ ਮਰਜ਼ੀ ਕਾਨਫਰੰਸ ਸੀ ਆਪਾਂ ਗੱਲ ਕਰ ਲਈਏ, ਠੋਕ ਵਜਾ ਕੇ ਸਿਆਸੀ ਗੱਲਾਂ ਹੋਈਆਂ, ਰੱਜ ਕੇ ਇੱਕ ਦੂਸਰੇ ਦੇ ਖਿਲਾਫ ਚਿੱਕੜ ਸੁੱਟਿਆ ਗਿਆ ਜਿੰਨਾ ਸੁੱਟ ਸਕਦੇ ਸੀ। ਆਪਾਂ ਅਕਾਲੀ ਦਲ ਬਾਦਲ ਦੀ ਕਾਨਫਰੰਸ ਤੋਂ ਗੱਲ ਸ਼ੁਰੂ ਕਰਦੇ ਹਾਂ। ਸੁਖਬੀਰ ਸਿੰਘ ਬਾਦਲ ਪਹੁੰਚੇ, ਬੀਬੀ ਜਗੀਰ ਕੌਰ ਪਹੁੰਚੇ, ਰਣੀਕੇ ਸਾਹਿਬ ਪਹੁੰਚੇ ਤੇ ਨਾਲ ਦੀ ਨਾਲ ਬਿਕਰਮ ਸਿੰਘ ਮਜੀਠੀਆ ਸਾਹਿਬ ਆਪਣੇ, ਤੇ ਉੱਥੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਚਰਚਾ ਦਾ ਕੇਂਦਰ ਬਿੰਦੂ ਬਣੀ ਗਈ। ਸੁਖਬੀਰ ਬਾਦਲ ਨੇ ਫਿਰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਹਮ ਪਿਆਲਾ, ਇਸ ਕਰਕੇ ਜੋ ਕੁਝ ਕਾਂਗਰਸ ਨੇ ਕਿਹਾ ਰਣਜੀਤ ਸਿੰਘ ਸੇਵਾ ਮੁਕਤ ਜਸਟਿਸ ਨੇ ਉਹ ਕੁਝ ਆਪਣੀ ਰਿਪੋਰਟ 'ਚ ਲਿਖਿਆ ਤੇ ਸਾਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਗਿਆ। ਤੇ ਦੂਸਰਾ ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਜੀ ਦੇਖੋ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਇਸ ਵੇਲੇ ਮਨਜੀਤ ਸਿੰਘ ਜੀਕੇ ਦੇ ਉੱਤੇ ਦਿੱਲੀ ਜਿਹੜੇ ਹਮਲੇ ਹੋ ਰਹੇ ਨੇ ਨਾ, ਉਹਨਾਂ ਦੇ ਪਿੱਛੇ ਆ ਜਿਹੜੇ ਸਾਡੇ ਥਾਪੇ ਗਏ ਜਥੇਦਾਰ ਉਹਨਾਂ ਦਾ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਹੱਥ ਹੈ, ਤੇ ਨਾਲ ਦੀ ਨਾਲ ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਹਮਲਾ ਕੀਤਾ ਤੇ ਭਾਈ ਆ ਵੇਖੋ ਸਾਰਾ ਕੁਝ ਜਿਹੜਾ ਉਹ ਕੀ ਕੁਝ ਚੱਲੀ ਜਾਂਦਾ। ਉਹਨਾਂ ਦੇ ਪਿਤਾ ਜੀ ਸੰਤੋਖ ਸਿੰਘ ਰੰਧਾਵਾ ਦੀ ਵੀ ਚਰਚਾ ਕੀਤੀ ਕਿ ਉਹਨਾਂ ਨੇ 84 ਦੇ ਹਮਲੇ ਤੋਂ ਬਾਅਦ ਬੀਬੀ ਇੰਦਰਾ ਗਾਂਧੀ ਦੀ ਸ਼ਲਾਘਾ ਕੀਤੀ ਸੀ, ਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਬਾਰੇ ਕਿਹਾ ਕਿ ਹੁਣ ਬਹੁਤੀਆਂ ਗੱਲਾਂ ਇਸ ਪਾਰਟੀ ਦੇ ਬਾਰੇ ਕਰਨ ਦੀ ਲੋੜ ਨਹੀਂ ਕਿਉਂਕਿ ਪਾਰਟੀ ਹੁਣ ਤਕਰੀਬਨ ਤਬਾਹ ਹੋ ਚੁੱਕੀ ਹੈ। ਕਹਿਣ ਦਾ ਭਾਵ ਹੈ ਕਿ ਭਾਵੇਂ ਵਿਕਰਮ ਸਿੰਘ ਮਜੀਠੀਆ, ਭਾਵੇਂ ਬੀਬੀ ਜਗੀਰ ਕੌਰ ਤੇ ਭਾਵੇਂ ਸੁਖਬੀਰ ਸਿੰਘ ਬਾਦਲ, ਸਾਰਿਆਂ ਨੇ ਰੱਜ ਕੇ ਸਿਆਸੀ ਗੱਲਾਂ ਕੀਤੀਆਂ ਤੇ ਰਗੜੇ ਕਾਂਗਰਸ ਨੂੰ ਲਾਏ। ਆਪਾਂ ਦੂਸਰੇ ਪਾਸੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ। ਆਮ ਆਦਮੀ ਪਾਰਟੀ ਦੀ ਜਿਹੜੀ ਕਾਨਫਰੰਸ ਹੋਈ ਉਹਦੇ ਵਿੱਚ ਭਗਵੰਤ ਮਾਨ ਸਾਹਿਬ ਮੁੱਖ ਬੁਲਾਰੇ ਸੀ, ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਵੀ ਪੁੱਜੇ ਇਹਦੇ ਨਾਲ ਨਾਲ, ਫਿਰ ਡਾਕਟਰ ਬਲਵੀਰ ਸਿੰਘ ਤੇ ਆਉਣੇ ਸੀ ਤੇ ਹਰਪਾਲ ਸਿੰਘ ਚੀਮਾ ਨੂੰ ਵੀ ਹੁਣ ਆਉਣਾ ਪਿਆ ਕਰਨਾ, ਤੇ ਉਹਨਾਂ ਦੀ ਧਿਰ ਦੇ ਜਿਹੜੇ ਬਹੁਤੇ ਵਿਧਾਇਕ ਵੀ ਇਸ ਮੌਕੇ ਦੇ ਉੱਤੇ ਹਾਜ਼ਰ ਸੀ। ਕੱਟ ਚੰਗਾ ਸੀ ਤਿੰਨੇ ਹੀ ਕਾਨਫਰੰਸਾਂ ਦੇ ਵਿੱਚ ਕਿਉਂਕਿ ਲੋਕ ਸਿਆਸੀ ਗੱਲਾਂ ਨਹੀਂ ਸੀ ਸੁਣਨ ਆਏ, ਲੋਕ ਆਏ ਸੀ ਰੱਖੜ ਪੁੰਨਿਆ ਦੇ ਮੇਲੇ ਤੇ ਜਦੋਂ ਮੇਲੇ ਦੇ ਵਿੱਚ ਘੁੰਮ ਫਿਰ ਕੇ ਥੱਕ ਜਾਂਦੇ ਤੇ ਲੋਕ ਕਹਿੰਦੇ ਕਿ ਚਲੋ ਹੁਣ ਚਾਰ ਚੁਟਕਲੇ ਵੀ ਇਧਰਲੇ ਪਾਸੇ ਸੁਣੇ ਆਈਏ ਉਧਰ ਰਹਿ ਜਾ। ਉੱਥੇ ਹੁਣ ਭਗਵੰਤ ਮਾਨ ਹੋਰਾਂ ਨੇ ਕਿਹਾ, ਉਹ ਕਹਿੰਦੇ ਜੀ ਦੇਖੋ ਜਾਣ ਬੁੱਝ ਕੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਆ ਬੇਅਦਬੀ ਮਾਮਲਿਆਂ ਵਾਲੀ ਰਿਪੋਰਟ ਲੀਕ ਕੀਤੀ ਹੈ ਤਾਂ ਜੋ ਅਕਾਲੀ ਦਲ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਮਿਲ ਸਕੇ। ਉਹਨਾਂ ਇਹ ਵੀ ਕਿਹਾ, ਉਹ ਕਹਿੰਦੇ ਕਿ ਗਵਾਹਾਂ ਨੂੰ ਧਮਕਾ ਰਹੇ ਨੇ ਅਕਾਲੀ, ਇਸ ਕਰਕੇ ਕਾਂਗਰਸ ਪਾਰਟੀ ਦੀ ਤੇ ਅਕਾਲੀਆਂ ਦੀ ਬਿਲਕੁਲ ਮਿਲੀ ਭੁਗਤ ਹੈ ਤੇ ਇਸ ਮਿਲੀ ਭੁਗਤ ਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਬਹੁਤ ਸ਼ਿੱਦਤ ਦੇ ਨਾਲ ਅਵੇਅਰ ਹੋਣਾ ਚਾਹੀਦਾ। ਤੇ ਨਾਲ ਹੀ ਉਹਨਾਂ ਨੇ ਵੀ ਕਹਿਤਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ 'ਚ ਕਾਨਫਰੰਸਾਂ ਕਰਨ ਜਾ ਰਹੇ ਹਾਂ, ਸਤੰਬਰ ਮਹੀਨੇ ਦੇ ਵਿੱਚ ਪੰਜਾਬ ਦੇ ਲੋਕ ਤਿਆਰ ਹੋਣ, ਆਪਾਂ ਇੱਕ ਵਾਰੀ ਫੇਰ ਤੀਸਰੇ ਸਿਆਸੀ ਬਦਲ ਨੂੰ ਮਜ਼ਬੂਤ ਕਰਨ ਦਾ ਯਤਨ ਕਰਨਾ ਹੈ। ਤੇ ਨਾਲ ਦੀ ਨਾਲ ਜਦੋਂ ਆਪਾਂ ਗੱਲ ਕਰੀਏ ਕਾਂਗਰਸ ਪਾਰਟੀ ਦੀ ਕਾਨਫਰੰਸ ਦੀ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਨਾ ਆਉਣਾ ਸੀ ਨਾ ਆਏ, ਜਾਖੜ ਸਾਹਿਬ ਮੁੱਖ ਬੁਲਾਰੇ ਸੀ, ਜਾਖੜ ਸਾਹਿਬ ਤੋਂ ਬਿਨਾਂ ਜਸਵੀਰ ਡਿੰਪਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਇਹਦੇ ਨਾਲ ਨਾਲ ਹੋਰ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਮੌਕੇ ਦੇ ਉੱਤੇ ਪਹੁੰਚੇ। ਹਰਵਿੰਦਰ ਸਿੰਘ ਗਿੱਲ ਇਹਦੇ ਨਾਲ ਨਾਲ ਜਿਹੜੇ ਉਹ ਮਜੀਠੀਆ ਸਾਹਿਬ ਦੇ ਖਿਲਾਫ ਚੋਣ ਲੜਦੇ ਹੁੰਦੇ ਨੇ ਉਹ ਵੀ ਆਏ, ਮਜੀਠਾ ਸਾਹਿਬ ਜਿਹੜੇ ਲਾਲੀ ਮਜੀਠੀਆ। ਤੇ ਇੱਥੇ ਸਿੱਧੇ ਤੌਰ ਦੇ ਉੱਤੇ ਹੀ ਸੁਨੀਲ ਜਾਖੜ ਹੋਰਾਂ ਨੇ ਕਹਿਤਾ ਸਪਸ਼ਟ ਰੂਪ ਦੇ ਵਿੱਚ, ਉਹ ਕਹਿੰਦੇ ਜੀ ਅਕਾਲੀ ਤਾਂ ਹੁਣ ਤੱਕ ਪੰਥ ਦੇ ਨਾਂ ਦੇ ਉੱਤੇ ਲੜਾਈਆਂ ਕਰਕੇ ਲੋਕਾਂ ਨੂੰ ਉਲਝਾਉਂਦੇ ਰਹੇ ਆ, ਵਿਕਾਸ ਵੀ ਕੁਝ ਨਹੀਂ ਕੀਤਾ, ਪਰ ਅਸੀਂ ਹੁਣ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕੁਝ ਬਾਕੀ ਮੁੱਦਿਆਂ ਦੇ ਉੱਤੇ ਕਮਿਸ਼ਨ ਬਣਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਜਾ ਰਹੇ ਹਾਂ, ਤਾਂ ਇਹ
ਸਾਡਾ ਵਿਰੋਧ ਕਰਦੇ ਆ, ਉਹ ਕਹਿੰਦੇ ਬਿਲਕੁਲ ਨਿਰਪੱਖ ਜਾਂਚ ਹੈ, ਪੰਜਾਬ ਦੇ ਲੋਕਾਂ ਨੂੰ ਰਿਪੋਰਟ ਪੜ੍ਹ ਕੇ ਆਪੇ ਹੀ ਪਤਾ ਲੱਗ ਜੂ ਕਿ ਅਸੀਂ ਕਿੰਨੀ ਇਮਾਨਦਾਰੀ ਦੇ ਨਾਲ ਇਹ ਜਾਂਚ ਕਰਵਾਈ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀਕੇ ਦੇ ਉੱਤੇ ਹਮਲਾ ਹੋਇਆ, ਮਾੜੀ ਗੱਲ ਹੈ, ਪੱਗ ਨਹੀਂ ਲਿਖਣੀ ਚਾਹੀਦੀ, ਪਰ ਜੋ ਕੁਝ ਇਹਨਾਂ ਨੇ ਪਿਛਲੇ 10 ਵਰਿਆਂ ਦੀ ਸਰਕਾਰ 'ਚ ਪੰਜਾਬ 'ਚ ਕੀਤਾ, ਇਹਦਾ ਗੁੱਸਾ ਹੈ, ਇਹਦਾ ਗੁੱਸਾ ਇਹਨਾਂ ਨੂੰ ਲਗਾਤਾਰ ਝੱਲਣਾ ਪਊਗਾ। ਤੇ ਉਹਨਾਂ ਕਹਿਤਾ ਦੇਖੋ ਤੁਸੀਂ ਥੋੜੀ ਦੇਰ ਰੁਕ ਜਾਓ, ਅਕਾਲੀਆਂ ਨੂੰ ਤਾਂ ਪੰਜਾਬ ਦੇ ਲੋਕਾਂ ਨੇ ਆਪਣੇ ਘਰਾਂ 'ਚ ਨਹੀਂ ਵੜਨ ਦਿਆ ਕਰਨਾ, ਤੇ ਕਹਿੰਦੇ ਅਸੀਂ ਅਗਲੇ ਦੀ ਸਰਕਾਰ ਬਣਾਉਣੀ ਹੈ। ਸੋ ਕੁੱਲ ਮਿਲਾ ਕੇ ਭਾਵੇਂ ਆਮ ਆਦਮੀ ਪਾਰਟੀ ਦੀ ਕਾਨਫਰੰਸ ਸੀ ਤੇ ਭਾਵੇਂ ਕਾਂਗਰਸ ਤੇ ਭਾਵੇਂ ਅਕਾਲੀ ਦਲ ਦੀ, ਗੱਲਾਂ ਜਿਹੜੀਆਂ ਨਰੋਲ ਹਰਕਮਲ ਸਿੰਘ ਜੀ ਸਿਆਸੀ ਹੋਈਆਂ ਜੀ। ਵਟਸਐਪ ਸਮਾਂ ਹੁਣ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ, ਹੋ ਗਿਆ ਗੱਲਬਾਤ ਦੀ ਸਮਾਪਤੀ ਦਾ, ਤੇ ਇਹਦੇ ਨਾਲ ਹੀ ਆਪਾਂ ਅੱਜ ਦੀ ਗੱਲਬਾਤ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣਾ ਕੀਮਤੀ ਵਕਤ ਸਾਡੇ ਸਟੂਡੀਓ ਲਈ ਦਿੱਤਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ ਹਰਕਮਲ ਸਿੰਘ ਜੀ। ਰੇਡੀਓ ਕੌਮੀ ਆਵਾਜ਼ ਦੇ ਸਰੋਤਿਆਂ ਨੂੰ ਸ਼ੁਭੇਚਾਵਾਂ। ਦੋਸਤੋ, ਪਰਮਵੀਰ ਸਿੰਘ ਬਾਟ ਕੋਲੋਂ ਹੁਣ ਹੁਣ ਤੁਸੀਂ ਪੰਜਾਬ ਅਤੇ ਭਾਰਤੀ ਖਿੱਤੇ ਦੀਆਂ ਵਿਸਥਾਰ ਨਾਲ ਖਬਰਾਂ ਸੁਣ ਰਹੇ ਸੀ। ਇਸ ਤੋਂ ਬਾਅਦ ਰਛਪਾਲ ਸਿੰਘ ਆਸਟ੍ਰੇਲੀਆ ਦੀਆਂ ਖਬਰਾਂ ਨਾਲ ਪ੍ਰੋਗਰਾਮ ਨੂੰ ਜਾਰੀ ਰੱਖਣਗੇ। ਆਪਾਂ ਮਿਲਦੇ ਹਾਂ ਕੱਲ ਇਸੇ ਸਮੇਂ ਇਸੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ, ਬਣੇ ਰਹੋ ਤੁਹਾਡੇ ਆਪਣੇ ਰੇਡੀਓ ਕੌਮੀ ਆਵਾਜ਼ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।